प्यारे बच्चों, सत श्री अकाल। मैं बेटा शहनाज सिद्धू, सरकारी हाई स्कूल गिद्दड़, जिला बठिंडा तो। अज आपां अपनी अठवीं दी पंजाबी दी पाठ पुस्तक विच दर्ज पाठ 10 हरियावल दे बीज बारे गल करांगे। ये कहानी है बेटे कर्नल जसवीर भुल्लर दी लिखी हुई है। ये कहानी रुखां बारे है कि असीं रुखां नूं वढ़दे जा रहे हैं, उहदे नाल किहड़ियां किहड़ियां समस्यावां पैदा हो रही हैं अज असीं महसूस नहीं करदे। जिवें जिवें समां लंघेगा उवें उवें उह समस्यावां साडे सामणे आफतां बण के खड़ियां होणगियां। उदों सानूं इह महसूस होगा कि असीं क्यों रुख वढ़दे रहे, असी नवें रुख क्यों नहीं लाए। तो नवें रुख लाने की प्रेरणा दिंदी है यह कहानी। तो आओ आपां सुनिए इस कहानी दे विच। बेटा कहानीकार दसदा है कि लोग है जिहड़े उन्ने वार रुख वढ रहे है। किसी समय उत्थे बहुत हरिया भरिया जंगल हुंदा सी, पर लोगों ने इन्ने दरख्त कटते कट कट के उन्हां नूं वेचता। उन्हां दे मन दे विच अमीर होण दी लालसा है जिहड़ी उह कदे ना मुक्की। तां उन्हां ने उह सारी थां है जिहड़ी उह जंगलां दे विचों मारूथलां विच बदल दित्ती। मारूथल किवें बण गई? जदों जंगल ही नहीं रहे, रुख ही नहीं रहे। रुख है जिहड़े उह सानूं कुदरती आफतां तों बचाउंदे आ ना। जे रुख ना होण तां किन्ने हड़ आ जांदे आ। हड़ है जिहड़े ਉਹ ਉਪਜਾਊ ਭੂਮੀ ਨੂੰ ਆਪਣੇ ਨਾਲ ਵਹਾ ਕੇ ਲੈ ਜਾਂਦੇ ਹੈ। ਪਿੱਛੇ ਰੇਤਲੀ ਜ਼ਮੀਨ ਰਹਿ ਜਾਂਦੀ ਹੈ, ਮਾਰੂਥਲ ਬਣ ਜਾਂਦੀ ਹੈ ਧਰਤੀ। ਮਿੱਟੀ ਧੂਲ ਭਰੀਆਂ ਇੰਨੀਆਂ ਹਵਾਵਾਂ ਨੇ ਜਿਹੜੀਆਂ ਉਹ ਵਗਦੀਆਂ ਨੇ, ਜਿਸ ਦੇ ਨਾਲ ਉਹ ਜਗ੍ਹਾ ਰਹਿਣ ਯੋਗ ਹੀ ਨਹੀਂ ਰਹਿੰਦੀ। ਤਾਂ ਕਹਾਣੀਕਾਰ ਦੱਸਦਾ ਕਿ ਜਦੋਂ ਲੋਕ ਰੁੱਖ ਵੱਢ ਰਹੇ ਹੈ ਤਾਂ ਇੱਕ ਫਕੀਰ ਕੋਲੋਂ ਦੀ ਲੰਘਦਾ। ਉਹ ਲੋਕਾਂ ਨੂੰ ਰੋਕਦਾ, ਤੁਸੀਂ ਇੰਨੇ ਰੁੱਖ ਕਿਉਂ ਵੱਢੀ ਜਾਂਦੇ ਹੋ? ਇਸ ਤਰ੍ਹਾਂ ਤਾਂ ਤੁਸੀਂ ਤਬਾਹ ਹੋ ਜਾਓਗੇ। ਪਰ ਲੋਕ ਕੋਈ ਗੱਲ ਨਹੀਂ ਉਹਦੀ ਸੁਣਦੇ, ਉਹਦੀ ਗੱਲ ਸੁਣ ਕੇ ਹੱਸ ਛੱਡਦੇ ਹੈ ਅਤੇ ਲਗਾਤਾਰ ਰੁੱਖ ਹੈ ਜਿਹੜੇ ਉਹ ਵੱਢੇ ਜਾਂਦੇ ਹੈ। ਉਸ ਤੋਂ ਬਾਅਦ ਤੇਜ਼ ਹਵਾਵਾਂ ਹੈ ਜਿਹੜੀਆਂ ਉਹ ਚੱਲਦੀਆਂ ਨੇ, ਮਿੱਟੀ ਭਰੀਆਂ ਹੋਈਆਂ। ਤਾਂ ਭੀਖੂ ਦਾ ਪਰਿਵਾਰ ਹੈ, ਉਹਨਾਂ ਹਵਾਵਾਂ ਦੀ ਮਾਰ ਉੱਤੋਂ ਨਹੀਂ ਚੱਲੀ ਜਾਂਦੀ। ਉਹਨੂੰ ਆਸੇ ਪਾਸੇ ਕੁਝ ਦਿਖਾਈ ਨਹੀਂ ਦਿੰਦਾ। ਉਹ ਉਹਨਾਂ ਹਵਾਵਾਂ ਦੇ ਵਿੱਚ ਇਉਂ ਮਹਿਸੂਸ ਕਰਦੇ ਆ ਜਿਵੇਂ ਅਸੀਂ ਕਿਤੇ ਉੱਡ ਚੱਲੇ। ਪਰ ਅਚਾਨਕ ਉਹਨਾਂ ਨੂੰ ਇੱਕ ਆਸਰਾ ਜਿਹਾ ਪ੍ਰਤੀਤ ਹੁੰਦਾ। ਇਉਂ ਲੱਗਦਾ ਜਿਵੇਂ ਕਿਸੇ ਨੇ ਆਪਣੀਆਂ ਮਜ਼ਬੂਤ ਬਾਹਾਂ ਨਾਲ ਉਹਨਾਂ ਨੂੰ ਸਹਾਰਾ ਦੇ ਦਿੱਤਾ ਹੋਵੇ। ਜਦੋਂ ਥੋੜ੍ਹੀ ਜਿਹੀ ਹਵਾ ਘਟਦੀ ਹੈ ਤਾਂ ਉਹ ਦੇਖਦੇ ਹੈ ਕਿ ਕਿਹਨੇ ਆਸਰਾ ਦਿੱਤਾ ਸੀ। ਤਾਂ ਉਹ ਇੱਕ ਰੁੱਖ ਸੀ। ਉਸ ਰੁੱਖ ਨੇ ਭੀਖੂ ਨੂੰ, ਉਸਦੀ ਪਤਨੀ ਨੂੰ ਅਤੇ ਉਸਦਾ ਬੱਚਾ ਸੀ ਆਲਮ, ਉਹਨਾਂ ਤਿੰਨਾਂ ਨੂੰ ਸਹਾਰਾ ਦਿੱਤਾ। ਸਹਾਰਾ ਦੇ ਕੇ ਉੱਥੇ ਰੋਕ ਲਿਆ। ਜਦੋਂ ਉਹ ਤੂਫਾਨ ਹੈ ਜਿਹੜਾ ਉਹ ਬੰਦ ਹੋਇਆ ਤਾਂ ਉਹ ਬਹੁਤ ਖੁਸ਼ ਹੋਏ। ਉਹਨਾਂ ਨੇ ਸੋਚਿਆ ਜੇ ਇੱਥੇ ਇਹ ਇੱਕ ਰੁੱਖ ਜਿਉਂਦਾ ਹੈ ਤਾਂ ਇਹਦਾ ਅਰਥ ਇਹ ਹੈ ਕਿ ਨੇੜੇ ਤੇੜੇ ਕਿਤੇ ਪਾਣੀ ਵੀ ਹੋਊਗਾ। ਜਿਹਨੇ ਇਸ ਰੁੱਖ ਨੂੰ ਜਿਉਂਦਾ ਰੱਖਿਆ ਤਾਂ ਅੰਦਾਜ਼ਾ ਲਾ ਕੇ ਉਹਨਾਂ ਨੇ ਆਸੇ ਪਾਸਿਓਂ ਧਰਤੀ ਪੁੱਟਣੀ ਸ਼ੁਰੂ ਕੀਤੀ। ਤਾਂ ਦੇਖਿਆ ਕਿ ਸੱਚਮੁੱਚ ਹੀ ਉੱਥੇ ਪਾਣੀ ਦਾ ਸੋਮਾ ਸੀ। ਮਿੱਟੀ ਦਾ ਜਿਹੜਾ ਮਾਰੂਥਲ ਸੀਗਾ ਉਹਨੇ ਉਹਨੂੰ ਭਰ ਛੱਡਿਆ ਸੀ, ਉੱਤੋਂ ਢੱਕ ਛੱਡਿਆ ਸੀ। ਤਾਂ ਭੀਖੂ ਦੀ ਪਤਨੀ ਹੈ ਜਿਹੜੀ ਉਹ ਕਹਿੰਦੀ ਹੈ ਕਿ ਆਪਾਂ ਕਿਉਂ ਨਾ ਇੱਥੇ ਹੀ ਰਹਿ ਜਾਈਏ, ਸੋਹਣਾ ਰੁੱਖ ਹੈ, ਪਾਣੀ ਵੀ ਹੈ। ਭੀਖੂ ਉਹਦੀ ਗੱਲ ਮੰਨ ਲੈਂਦਾ, ਉੱਥੇ ਹੀ ਰਹਿਣ ਦਾ ਨਿਰਣਾ ਕਰਦੇ ਹੈ। ਹੁਣ ਉਹਨਾਂ ਨੂੰ ਰਹਿਣ ਲਈ ਇੱਕ ਢਾਰਾ ਚਾਹੀਦਾ, ਕੋਠਾ ਪਾਉਣਾ ਉਹਨਾਂ ਨੇ। ਤਾਂ ਭੀਖੂ ਦਾ ਧਿਆਨ ਹੈ ਜਿਹੜਾ ਉਸ ਦਰਖਤ ਵੱਲ ਹੀ ਜਾਂਦਾ ਕਿ ਇਹ ਦਰਖਤ ਦੀਆਂ ਜਿਹੜੀਆਂ ਟਾਹਣੀਆਂ ਉਹਨੂੰ ਕੱਟਿਆ ਜਾਵੇ, ਕੱਟ ਕੇ ਢਾਰਾ ਬਣਾਇਆ ਜਾਵੇ। ਪਰ ਭੀਖੂ ਦੀ ਪਤਨੀ ਉਦਾਸ ਹੁੰਦੀ ਹੈ ਕਿ ਰੁੱਖ ਕਿੰਨੀ ਸੋਹਣੀ ਛਾਂ ਦਿੰਦਾ ਸਾਨੂੰ, ਇਹਦੇ ਫਲ ਵੀ ਕਿੰਨੇ ਮਿੱਠੇ ਹੈ, ਕਿਉਂ ਇਹਦੀਆਂ ਟਾਹਣੀਆਂ ਕੱਟਣੀਆਂ? ਭੀਖੂ ਉਹਦੀ ਗੱਲ ਨਹੀਂ ਸੁਣਦਾ। ਰੋਜ਼ ਲੋੜਾਂ ਵੱਧਦੀਆਂ ਜਾਂਦੀਆਂ, ਫਿਰ ਉਹ ਮੰਜਾ ਪੀੜ੍ਹੀ ਬਣਾਉਣ ਲਈ ਵੀ ਉਹਦੇ ਛੋਟੇ ਟਾਹਣੇ ਕੱਟਣ ਲੱਗ ਜਾਂਦਾ। ਜੇ ਉਹਦੀ ਪਤਨੀ ਉਹਨੂੰ ਕਹਿੰਦੀ ਹੈ ਕਿ ਆਪਾਂ ਨਾ ਇਹ ਰੁੱਖ ਵੱਢੀਏ
ਤਾਂ ਉਹ ਕਹਿੰਦਾ ਕਿ ਇੱਥੇ ਮੇਲਾ ਲਾਉਣਾ, ਹਜੇ ਬਥੇਰਾ ਰੁੱਖ ਪਿਆ। ਤਾਂ ਬੇਟਾ ਇਉਂ ਉਹਨਾਂ ਦੀਆਂ ਲੋੜਾਂ ਵੱਧਦੀਆਂ ਜਾਂਦੀਆਂ, ਰੁੱਖ ਉਹਨਾਂ ਦੀਆਂ ਲੋੜਾਂ ਪੂਰੀਆਂ ਕਰੀ ਜਾਂਦਾ। ਤਾਂ ਅਖੀਰ ਤੇ ਬਸ ਜਿਹੜਾ ਇੱਕ ਮੋਟਾ ਤਣਾ ਉਹੀ ਰਹਿ ਜਾਂਦਾ, ਰੁੰਡ ਮਰੁੰਡ ਰੁੱਖ ਹੋ ਜਾਂਦਾ। ਉਹਨੂੰ ਭੀਖੂ ਇਹ ਸੋਚ ਕੇ ਛੱਡ ਦਿੰਦਾ ਕਿ ਮੇਰਾ ਪੁੱਤਰ ਆ ਜਿਹੜਾ ਵੱਡਾ ਹੋਊਗਾ, ਇਹਦਾ ਵੀ ਪਰਿਵਾਰ ਬਣੂਗਾ, ਤਾਂ ਉਹਦੀਆਂ ਲੋੜਾਂ ਪੂਰੀਆਂ ਹੋਣਗੀਆਂ ਇਸ ਰੁੱਖ ਦੇ ਨਾਲ। ਤਾਂ ਫਿਰ ਫਕੀਰ ਹੈ ਜਿਹੜਾ ਉਹ ਉੱਧਰ ਦੀ ਲੰਘਦਾ, ਉਹਨੂੰ ਕਿਤੇ ਛਾਂ ਨਹੀਂ ਦਿਖਾਈ ਦਿੰਦੀ, ਉਹ ਢਾਰੇ ਦੀ ਛਾਂ ਦੇ ਵਿੱਚ ਹੀ ਬੈਠਦਾ। ਉਹਨਾਂ ਤੋਂ ਪੁੱਛਦਾ, ਤੁਹਾਨੂੰ ਕਿਸ ਪਰਮਾਤਮਾ ਨੇ ਕੋਈ ਰੁੱਖ ਨਹੀਂ ਦਿੱਤਾ? ਤੁਸੀਂ ਬਸ ਰੁੱਖ ਵੱਢੇ ਹੀ ਹੈ, ਕਦੇ ਰੁੱਖ ਲਾਏ ਨਹੀਂ। ਤਾਂ ਭੀਖੂ ਸੋਚਦਾ ਕਿ ਮੈਂ ਤਾਂ ਆਪਦੇ ਵੱਡ ਵਡੇਰਿਆਂ ਨੂੰ ਇਉਂ ਹੀ ਦੇਖਿਆ ਰੁੱਖ ਵੱਢਦੇ ਹੋਏ। ਤਾਂ ਉਹ ਫਕੀਰ ਕਹਿੰਦਾ ਕਿ ਤੁਹਾਡੇ ਕੋਲ ਹਰਿਆਵਲ ਦੇ ਬੀਜ ਮੁੱਕ ਗਏ, ਤੁਸੀਂ ਰੁੱਖ ਕਿਉਂ ਨਹੀਂ ਲਾਉਂਦੇ? ਜੇ ਤੁਸੀਂ ਇਸੇ ਤਰ੍ਹਾਂ ਰੁੱਖ ਵੱਢਦੇ ਰਹੇ ਤਾਂ ਤੁਸੀਂ ਉੱਜੜ ਜਾਣਾ। ਫਕੀਰ ਤਾਂ ਇਹ ਕਹਿ ਕੇ ਚਲਾ ਜਾਂਦਾ, ਪਰ ਉਸ ਪਰਿਵਾਰ ਦੇ ਮਨ ਦੇ ਵਿੱਚ ਹਰਿਆਵਲ ਦੇ ਬੀਜ ਪੁੰਗਰ ਪੈਂਦੇ ਆ। ਭੀਖੂ ਉਦਾਸ ਹੁੰਦਾ, ਪਰ ਆਲਮ ਹੈ ਜਿਹੜਾ ਉਹ ਕਹਿੰਦਾ, ਹੁਣ ਮੈਂ ਵੱਡਾ ਹੋ ਗਿਆ, ਹੁਣ ਮੈਂ ਸਿਰਫ ਰੁੱਖ ਵੱਢਣ ਵਾਲਾ ਨਹੀਂ ਬਣੂੰਗਾ, ਮੈਂ ਰੁੱਖ ਉਗਾਉਣ ਵਾਲਾ ਬਣੂੰਗਾ। ਤਾਂ ਕਹਿੰਦੇ ਉਹਨੂੰ ਹਰਿਆਵਲ ਦੇ ਬੀਜ ਲੱਭ ਗਏ। ਆਲਮ ਜਿੱਧਰ ਵੀ ਜਾਂਦਾ ਉੱਧਰ ਹੀ ਹਰਿਆਲੀ ਹੁੰਦੀ ਜਾਂਦੀ ਹੈ, ਕਿਉਂਕਿ ਉਹ ਰੁੱਖ ਹੀ ਰੁੱਖ ਹੈ ਜਿਹੜੇ ਉਹ ਲਾਉਂਦਾ ਜਾਂਦਾ। ਤਾਂ ਇਹ ਕਹਾਣੀ ਸੀ ਬੇਟਾ ਹਰਿਆਵਲ ਦੇ ਬੀਜ, ਯਾਨੀ ਕਿ ਰੁੱਖ ਲਾਉਣ ਦੀ ਪ੍ਰੇਰਨਾ ਸਾਨੂੰ ਕਹਾਣੀ ਕਰ ਦਿੰਦਾ ਕਿ ਨਹੀਂ ਤਾਂ ਬਹੁਤ ਸਾਰੀਆਂ ਕੁਦਰਤੀ ਆਫਤਾਂ ਦਾ ਸਾਨੂੰ ਸਾਹਮਣਾ ਕਰਨਾ ਪਊਗਾ। ਸਾਨੂੰ ਰੁੱਖ ਲਾਉਣੇ ਚਾਹੀਦੇ ਹੈ, ਸਿਰਫ ਲਾਉਣੇ ਹੀ ਨਹੀਂ ਚਾਹੀਦੇ, ਰੁੱਖਾਂ ਦੀ ਪਰਵਰਿਸ਼ ਵੀ ਕਰਨੀ ਚਾਹੀਦੀ ਹੈ। ਰੁੱਖ ਲਾ ਕੇ ਇਹ ਦੇਖਣਾ ਕਿ ਉਹ ਬੂਟਾ ਜਿਹੜਾ ਉਹ ਵੱਡਾ ਹੁੰਦਾ ਕਿ ਨਹੀਂ ਹੁੰਦਾ। ਜਦ ਤੱਕ ਉਹਦੀਆਂ ਜੜ੍ਹਾਂ ਧਰਤੀ ਦੇ ਵਿੱਚੋਂ ਆਪਣੇ ਆਪ ਲੋੜਾਂ ਆਪਦੀਆਂ ਪੂਰੀਆਂ ਨਹੀਂ ਕਰਨੀਆਂ ਸ਼ੁਰੂ ਕਰ ਦਿੰਦੀਆਂ, ਉਨੀ ਦੇਰ ਉਸਦੀ ਪਰਵਰਿਸ਼ ਕਰਨੀ ਚਾਹੀਦੀ ਹੈ। ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਘੱਟੋ ਘੱਟ ਇੱਕ ਰੁੱਖ ਜ਼ਰੂਰ ਲਾਉਣਾ ਚਾਹੀਦਾ। ਤੇ ਇਸ ਕਹਾਣੀ ਤੋਂ ਬਾਅਦ ਬੇਟਾ ਇਹਦਾ ਦੂਜਾ ਪ੍ਰਸ਼ਨ ਔਖੇ ਸ਼ਬਦਾਂ ਦੇ ਅਰਥ ਹੈ, ਉਹ ਆਪਾਂ ਪਹਿਲਾਂ ਪੜ੍ਹ ਲੈਣੇ ਹੈ, ਫਿਰ ਸਾਨੂੰ ਕਹਾਣੀ ਸੌਖੀ ਸਮਝ ਆ ਜਾਊਗੀ। ਪਹਿਲਾ ਪ੍ਰਸ਼ਨ ਹੈ ਜਿਹੜਾ ਉਹ ਹੈ, ਫਕੀਰ ਨੇ ਲੋਕਾਂ ਨੂੰ ਕੀ ਸਿੱਖਿਆ ਦਿੱਤੀ ਤੇ ਕਿਉਂ? ਤਾਂ ਫਕੀਰ ਨੇ ਲੋਕਾਂ ਨੂੰ ਸਿੱਖਿਆ ਦਿੱਤੀ ਕਿ ਉਹ ਰੁੱਖ ਵੱਢਣ ਨਾ, ਸਗੋਂ ਉਹ ਰੁੱਖ ਲਾਉਣ, ਕਿਉਂਕਿ ਜੇ ਉਹ ਐਵੇਂ ਹੀ ਰੁੱਖ ਵੱਢਦੇ ਰਹੇ ਤਾਂ ਫਿਰ ਉਹਨਾਂ ਨੂੰ ਬਹੁਤ ਸਾਰੀਆਂ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪਊ। ਅਗਲਾ ਪ੍ਰਸ਼ਨ ਹੈ, ਲੋਕਾਂ ਵੱਲੋਂ ਰੁੱਖਾਂ ਦੀ ਕੀਤੀ ਅੰਨੇਵਾਹ ਕਟਾਈ ਦਾ ਕੀ ਨਤੀਜਾ ਨਿਕਲਿਆ? ਹੁਣ ਜਦੋਂ ਲੋਕਾਂ ਨੇ ਫਕੀਰ ਦੀ ਗੱਲ ਨਾ ਸੁਣੀ, ਲਗਾਤਾਰ ਜੰਗਲਾਂ ਦੇ ਜੰਗਲ ਵੱਢ ਦਿੱਤੇ, ਤਾਂ ਉੱਥੇ ਕੁਦਰਤੀ ਆਫਤਾਂ ਜਿਹੜੀਆਂ ਉਹ ਆਉਣੀਆਂ ਸ਼ੁਰੂ ਹੋ ਗਈਆਂ। ਹੜ੍ਹ ਆਏ, ਹੜ੍ਹ ਹੈ ਜਿਹੜੇ ਉਹ ਉਪਜਾਊ ਮਿੱਟੀ ਨੂੰ ਵਹਾ ਕੇ ਲੈ ਗਏ, ਜ਼ਮੀਨ ਬੰਜਰ ਹੋ ਗਈ, ਕੋਈ ਦਰਖਤ ਉੱਥੇ ਨਹੀਂ ਸੀਗਾ, ਤਾਂ ਉਹ ਜ਼ਮੀਨ ਹੈ ਜਿਹੜੀ ਉਹ ਹੌਲੀ ਹੌਲੀ ਮਾਰੂਥਲ ਬਣ ਗਈ। ਰੇਤ ਥਲ ਦੇ ਤੂਫਾਨ ਕਾਰਨ ਭੀਖੂ ਤੇ ਉਸਦੇ ਪਰਿਵਾਰ ਨਾਲ ਕੀ ਵਾਪਰਿਆ? ਇਹ ਤੀਸਰਾ ਪ੍ਰਸ਼ਨ ਹੈ। ਹੁਣ ਜਦੋਂ ਰੇਤ ਥਲ ਦਾ ਤੂਫਾਨ ਆਇਆ ਤਾਂ ਭੀਖੂ ਤੇ ਉਸਦਾ ਪਰਿਵਾਰ, ਉਹਨੂੰ ਇਉਂ ਮਹਿਸੂਸ ਹੋਇਆ ਤੇਜ਼ ਹਵਾ ਹੈ ਜਿਹੜੀ ਉਹ ਸਾਨੂੰ ਵੀ ਆਪਣੇ ਨਾਲ ਹੀ ਉਡਾ ਕੇ ਲਿਜਾ ਰਹੀ ਹੈ। ਉਹਨਾਂ ਨੂੰ ਆਸੇ ਪਾਸੇ ਕੁਛ ਦਿਖਾਈ ਨਹੀਂ ਸੀ ਦਿੰਦਾ। ਅਚਾਨਕ ਉਹਨਾਂ ਨੂੰ ਲੱਗਿਆ ਕਿ ਕਿਸੇ ਦੀਆਂ ਮਜ਼ਬੂਤ ਬਾਹਾਂ ਨੇ ਉਹਨਾਂ ਨੂੰ ਸਹਾਰਾ ਦਿੱਤਾ। ਤਾਂ ਜਦੋਂ ਉਹ ਰੇਤ ਥਲ ਦਾ ਤੂਫਾਨ ਥੰਮ ਗਿਆ ਤਾਂ ਉਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਬਾਹਾਂ ਅਸਲ ਦੇ ਵਿੱਚ ਕਿਸੇ ਰੁੱਖ ਦੀਆਂ ਸੀ। ਅਗਲਾ ਪ੍ਰਸ਼ਨ ਹੈ, ਬਿਪਤਾ ਦੇ ਸਮੇਂ ਭੀਖੂ ਤੇ ਉਸਦੇ ਪਰਿਵਾਰ ਲਈ ਰੁੱਖ ਕਿਵੇਂ ਸਹਾਈ ਹੋਇਆ? ਹੁਣ ਦੇਖੋ, ਭੀਖੂ ਤੇ ਉਸਦੇ ਪਰਿਵਾਰ ਤੇ ਬੜੀ ਬਿਪਤਾ ਬਣੀ ਸੀ, ਉਹ ਕਿੱਥੇ ਜਾਣ, ਕਿੱਥੇ ਰਹਿਣ? ਹੁਣ ਜਦੋਂ ਉਹਨਾਂ ਨੇ ਰੁੱਖ ਦੇਖਿਆ ਤਾਂ ਉਹਨਾਂ ਨੇ ਸੋਚਿਆ ਇੱਥੇ ਨੇੜੇ ਤੇੜੇ ਪਾਣੀ ਵੀ ਜ਼ਰੂਰ ਹੋਊਗਾ, ਇਸੇ ਲਈ ਤਾਂ ਰੁੱਖ ਹਰਾ। ਉਹਨਾਂ ਨੇ ਉੱਥੇ ਪਾਣੀ ਵੀ ਲੱਭ ਲਿਆ ਤਾਂ ਢਾਰਾ ਬਣਾਉਣਾ ਸ਼ੁਰੂ ਕਰਤਾ। ਉਹਦੇ ਲਈ ਰੁੱਖ ਦੀਆਂ ਟਾਹਣੀਆਂ ਉਹਨਾਂ ਨੇ ਕੰਮ ਦੇ ਵਿੱਚ ਲਿਆਂਦੀਆਂ, ਫਿਰ ਉਹਨਾਂ ਦੀਆਂ ਲੋੜਾਂ ਵੱਧਦੀਆਂ ਰਹੀਆਂ, ਉਹਨਾਂ ਨੂੰ ਮੰਜੇ ਪੀੜ੍ਹੀ ਦੀ ਲੋੜ ਪਈ, ਤਾਂ ਇਹ ਸਾਰੀਆਂ ਲੋੜਾਂ ਦੀ ਪੂਰਤੀ ਉਸ ਰੁੱਖ ਨੇ ਕੀਤੀ।
ਅੱਗੇ ਆਇਆ ਪਰ ਫਕੀਰ ਨੇ ਭੀਖੂ ਨੂੰ ਨਵੇਂ ਰੁੱਖ ਲਾਉਣ ਲਈ ਕਿਵੇਂ ਪ੍ਰੇਰਿਆ। ਤਾਂ ਹੁਣ ਜਦੋਂ ਫਕੀਰ ਹੈ ਜਿਹੜਾ ਉਹ ਭੀਖੂ ਦੇ ਕੋਲ ਆਉਂਦਾ ਤਾਂ ਉਹਨੂੰ ਕਿਤੇ ਛਾਂ ਨਹੀਂ ਦਿਖਾਈ ਦਿੰਦੀ, ਉਹ ਢਾਰੇ ਦੀ ਛਾਂ ਦੇ ਹੇਠ ਹੀ ਬੈਠਦਾ। ਤਾਂ ਉਹ ਭੀਖੂ ਨੂੰ ਪੁੱਛਦਾ ਕਿ ਤੁਹਾਨੂੰ ਕੋਈ ਰੁੱਖ ਨਹੀਂ ਬਖਸ਼ਿਆ ਗਿਆ? ਤਾਂ ਉਹ ਰੁੰਡ ਮਰੁੰਡ ਹੋਏ ਰੁੱਖ ਵੱਲ ਇਸ਼ਾਰਾ ਕਰਦੇ ਆ ਵੀ ਇਹੀ ਇੱਕ ਰੁੱਖ ਹੈ। ਤਾਂ ਫਕੀਰ ਕਹਿੰਦਾ ਤੁਹਾਡੇ ਕੋਲ ਹਰਿਆਵਲ ਦੇ ਬੀਜ ਮੁੱਕ ਗਏ ਹੈ, ਤੁਸੀਂ ਬਸ ਰੁੱਖ ਵੱਢਣ ਵਾਲੇ ਹੀ ਬਣੇ ਹੋ, ਕਦੇ ਤੁਸੀਂ ਰੁੱਖ ਲਾਉਣ ਬਾਰੇ ਨਹੀਂ ਸੋਚਿਆ? ਜੇ ਤੁਸੀਂ ਇਸੇ ਤਰ੍ਹਾਂ ਰੁੱਖ ਵੱਢਦੇ ਰਹੇ ਤਾਂ ਫਿਰ ਜ਼ਰੂਰ ਤੁਸੀਂ ਇੱਕ ਦਿਨ ਉੱਜੜ ਜਾਣਾ। ਤਾਂ ਫਕੀਰ ਦੀ ਇਸ ਗੱਲ ਨੇ ਉਸ ਪਰਿਵਾਰ ਦੇ ਮਨ ਦੇ ਵਿੱਚ ਰੁੱਖ ਲਾਉਣ ਦੀ ਪ੍ਰੇਰਨਾ ਜਗਾ ਦਿੱਤੀ। ਤੀਸਰਾ ਪ੍ਰਸ਼ਨ ਬੇਟਾ ਵਾਕਾਂ ਵਿੱਚ ਵਰਤੋਂ ਹੈ। ਕੁਛ ਸ਼ਬਦ ਦਿੱਤੇ ਹੋਏ ਹੈ, ਆਪਾਂ ਇਹਨਾਂ ਦੇ ਵਾਕ ਬਣਾਉਣੇ ਹੈ। ਤੁਸੀਂ ਮੈਨੂੰ ਪਤਾ ਹੈ ਬੜੀ ਸੌਖੀ ਤਰ੍ਹਾਂ ਨਾਲ ਇਹ ਪ੍ਰਸ਼ਨ ਆਪਣੇ ਆਪ ਹੱਲ ਕਰ ਲਓਗੇ। ਚੌਥਾ ਪ੍ਰਸ਼ਨ ਵਿਸ਼ੇਸ਼ਣ ਹੈ। ਇਹ ਆਪਾਂ ਵਿਸ਼ੇਸ਼ਣ ਪਹਿਲਾਂ ਵਿਆਕਰਨ ਦੀ ਕਿਤਾਬ ਦੇ ਵਿੱਚੋਂ ਪੜ੍ਹਾਂਗੇ, ਉਸ ਤੋਂ ਬਾਅਦ ਆਪਾਂ ਇਹ ਹੱਲ ਕਰਾਂਗੇ।